ਦੋਸਤੋ ਹਾਜ਼ਰ ਹੈ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖੀਆਨ ਬਲਗ ਦੀ ਅੱਜ ਦੀਸ ਵੀਡੀਓ ਰਿਪੋਰਟ ਵਿੱਚ ਬੰਗਾਲ ਤੁਹਾਡੇ ਨਾਲ ਕਰਨੀ ਹੈ ਇੰਟਰਨੈਸ਼ਨਲ ਡਰੱਗਸ ਸਮਗਲਿੰਗ ਦੇ ਇੱਕ ਵੱਡੇ ਰੈਕਟ ਤੇ ਰਿੰਗ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੱਕ ਸਰਗਨਾ ਤੇ ਰੋਪ ਵਿੱਚ ਭੂਮਿਕਾ ਬਾਰੇ ਜੀ ਹਾ ਲੋਰੈਂਸ ਬਿਸ਼ਨੋਈ ਜੋ ਕਿ ਅੰਡਰਵਰਲਡ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਦੀ ਸਾਜਿਸ਼ ਨੂੰ ਮਾਸਟਰਮਾਈਂਡ ਕਰਵਾਉਣ ਵਾਲਾ ਸਰਗਨਾ ਹੈ ਇਸ ਤੋਂ ਅੱਗੇ ਤੇ ਪਿੱਛੇ ਬਹੁਤ ਅਜਿਹੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਵਾ ਚੁੱਕਾ ਹੈ ਇੱਕ ਪੂਰਾ ਦਾ ਪੂਰਾ ਕ੍ਰਿਮੀਨਲਸ ਦਾ ਨੈਟਵਰਕ ਉਸ ਦੇ ਹੇਠਾਂ ਕੰਮ ਕਰਦਾ ਹੈ ਹੁਣ ਨਸ਼ੇ ਦੀ ਤਸਕਰੀ ਦੇ ਕੋ ਮੰਤਰੀ ਪੱਧਰ ਤੇ ਕਾਰੋਬਾਰ ਤੇ ਵਿੱਚ ਵੀ ਉਸ ਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਇਹੀ ਕਾਰਨ ਹੈ ਕਿ ਬੀਤੇ 5 ਮਹੀਨਿਆਂ ਦੌਰਾਨ ਦੂਸਰੀ ਵਾਰ ਗੁਜਰਾਤ ਦੀ ਏਟੀਐਸ ਯਾਨੀ ਕਿ ਐਂਟੀ ਟੈਰਰਿਸਟ ਸquad ਵੱਲੋਂ ਲੌਰੈਂਸ ਬਿਸ਼ਨੋਈ ਨੂੰ ਰਿਮਾਂਡ ਤੇ ਗੁਜਰਾਤ ਲੈ ਕੇ ਜਾਂਦਾ ਗਿਆ ਹੈ ਕੁਝ ਦਿਨ ਪਹਿਲਾਂ ਹੀ ਲੌਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅਦਾਲਤ ਦੇ ਵਿੱਚ ਚੱਲ ਰਹੀ ਮੁਕੱਦਮੇਬਾਜ਼ੀ ਤੋਂ ਉਸ ਦੀ ਤਾਰੀਖ ਤੋਂ ਠੀਕ 1 ਦਿਨ ਪਹਿਲਾਂ ਗੁਜਰਾਤ ਦੀ ਏਟੀਐਸ ਵੱਲੋਂ ਬਠਿੰਡੇ ਦੀ ਜੇਲ੍ਹ ਤੋਂ ਲੈ ਕੇ ਗੁਜਰਾਤ ਪਹੁੰਚਦੇ ਨੇ ਜਿੱਥੇ ਕਿ ਨਲਿਆ ਦੀ ਇੱਕ ਅਦਾਲਤ ਵੱਲੋਂ 4 ਦਿਨ ਦਾ ਪੁਲਿਸ ਰਿਮਾਂਡ ਲਾਰੈਂਸ ਬਿਸ਼ਨੋਈ ਦਾ ਦਿੱਤਾ ਜਾਂਦਾ ਹੈ ਲੌਨਸ ਬਿਸ਼ਨੋਇ ਨੂੰ April 2023 ਦੇ ਵਿੱਚ ਵੀ ਇਸੇ ਕੇਸ ਦੇ ਵਿੱਚ 15 ਦਿਨ ਦੀ ਪੁਲਿਸ ਰਿਮਾਰਡ ਉਤੇ ਲਜਾਇਆ ਗਿਆ ਸੀ ਉਸ ਤੋਂ ਕੁਝ ਕੁ ਚੀਜ਼ ਕੀਤੀ ਗਈ ਸੀ ਲੇਕਿਨ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹੈ ਮਾਮਲਾ ਕੇਸ ਮਾਮਲੇ ਦੀ ਗੰਭੀਰਤਾ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਚੱਲਦੀ ਪਈ ਕਾਰਵਾਈ ਤੋਂ ਵੀ ਜ਼ਿਆਦਾ ਹੈ ਬਹੁਤ ਸੇ ਸਿੱਧੂ ਮੂਸੇਵਾਲਾ ਦੇ ਫੈਨ ਇਹ ਮੰਨਦੇ ਹੈਗੇ ਨੇ ਕਿ ਅਦਾਲਤ ਦੇ ਵਿੱਚ ਤਰੀਕਾ ਦੇ ਤਰੀਕਾ ਪੈ ਰਿਹਾ ਨੇ ਕ੍ਰਿਮੀਨਲਸ ਨੂੰ ਪੇਸ਼ ਨਹੀਂ ਕੀਤਾ ਜਾ ਰਿਹਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਕੁਝ ਮਹੀਨੇ ਪਹਿਲਾਂ ਇਸ ਗੱਲ ਨੂੰ ਲੈ ਕੇ ਇਤਰਾਜ਼ ਚੁੱਕੇ ਸਨ لیکن ایک ਪਾਸੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਸਾਰੇ ਮੁਲਜ਼ਮ ਅਦਾਲਤ ਦੇ ਵਿੱਚ ਆਨਲਾਈਨ ਆਫਲਾਈਨ ਯਾ ਫਿਜ਼ੀਕਲ ਮੋਡ ਦੇ ਵਿੱਚ ਪੇਸ਼ ਹੋ ਰਹੇ ਹੁੰਦੇ ਨੇ ਦੂਸਰੇ ਪਾਸੇ ਹਵਾਈ ਜਹਾਜ਼ ਦੇ ਜ਼ਰੀਏ 에ਅ ਰੂਟ ਦੇ ਜ਼ਰੀਏ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਏਟੀਐਸ ਗੁਜਰਾਤ ਲੈ ਕੇ ਜਾਰੀ ਹੁੰਦੀ ਹੈ ਸੋ ਅੱਜ ਆਪਾਂ ਇਸ ਰਿਪੋਰਟ ਦੇ ਵਿੱਚ ਸਮਝਾਂਗੇ ਕਿ ਆਖਿਰ ਇਹ ਮਾਮਲਾ ਕੀ ਹੈ ਜਿਸ ਵਿੱਚ بار-बार ਰਿਮਾਂਡ ਦੇ ਉੱਤੇ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਲੈ ਕੇ ਜਾਇਆ ਜਾ ਰਿਹਾ ਹੈ ਹੁਣ ਆਪਾਂ ਸਾਰੇ ਜਾਣਦੇ ਆ ਕਿ ਅਗਸਤ ਦੇ ਮਹੀਨੇ ਦੇ ਵਿੱਚ ਹੀ ਚੈਨਲ ਰਿਤੇਸ਼ ਲਖੀ ਅਨਪਲੌਗਡ ਉੱਤੇ ਆਪਾਂ ਇੱਕ ਸੀਰੀਜ਼ ਜਿਸ ਵਿੱਚ ਬੈਕ ਟੂ ਬੈਕ ਆਪਾਂ ਨਸ਼ੇਦੀ ਤਸਕਰੀ ਦੇ ਕਾਰੋਬਾਰ ਉੱਤੇ ਰਿਪੋਰਟਸ ਪੇਸ਼ ਕੀਤੀਆਂ ਤੁਹਾਡੇ ਸਾਹਮਣੇ ਲੈ ਕੇ ਆਏ ਗੁਜਰਾਤ ਦੇ ਬੰਦਰਗਾਹਾਂ ਦੇ ਜ਼ਰੀਏ ਪੋਰਟਸ ਦੇ ਜ਼ਰੀਏ ਮਿਡਲ ਈਸਟ ਤੋਂ ਦੁਬਈ ਤੋਂ ਪਾਕਿਸਤਾਨ ਤੋਂ ਨਸ਼ੇਦੀ ਤਸਕਰੀ ਖਾਸ ਕਰਕੇ ਹੈਰੋਇਨ ਦੀ ਜਿਹੜੀ ਸਮਕਲਿੰਗ ਹੈ ਉਸ ਦਾ ਗੌਰਵਤਨ ਦਾ ਕਿਵੇਂ ਚੱਲਦਾ ਹੈ ਉਸ ਦੇ ਮੇਨ ਕੀ ਪਲੇਅਰਸ ਕੌਣ ਨੇ ਉਨ੍ਹਾਂ ਸਰਗਨਾਮਾਂ ਦੀਆਂ ਤਸਵੀਰਾਂ ਉਨ੍ਹਾਂ ਦੇ ਨਾਂ ਕੰਮ ਕਰਨ ਦਾ ਤਰੀਕਾ ਮੋਡਸ ਆਪਰੈਂਡ ਆਈ ਗੁਰਦੀਪ ਰਾਣੂ ਦੇ ਉਸ ਸਸੰਸਨੀਖੇਜ਼ ਮਾਮਲੇ ਦੀ ਰੌਸ਼ਨੀ ਦੇ ਵਿੱਚ ਅਸੀਂ ਤੁਹਾਨੂੰ ਸਮਝਾਇਆ ਸੀ ਆਸਟ੍ਰੇਲੀਆ ਇਟਲੀ ਤੋਂ ਬੈਠੇ ਤਰਨਵੀਰ 베ਦੀ ਤੇ ਸਿਵਰਨਜੀਤ ਸੰਤੂ ਦੀ ਭੂਮਿਕਾ ਬਾਰੇ ਤੁਹਾਨੂੰ ਜਾਣੂ ਕਰਾਇਆ ਸੀ ਇਹਨਾਂ ਰਿਪੋਰਟਸ ਦੇ ਜ਼ਰੀਏ ਆਪਾਂ ਸਮਝਿਆ ਇਹ ਸੀ ਕਿ ਕਿਸ ਤਰੀਕੇ ਦੇ ਨਾਲ ਗੁਜਰਾਤ ਦੇ ਬੰਦਰਗਾਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉੱਤਰ ਭਾਰਤ ਦੇ ਕਈ ਰਾਜ ਪੰਜਾਬ ਦਿੱਲੀ ਜੰਮੂ ਕਸ਼ਮੀਰ ਵਰਗੇ ਰਾਜਾਂ ਦੇ ਵਿੱਚ ਕਈ-ਕਈ 100 ਕਿਲੋ ਦੀਆਂ ਹੈਰੁਨ ਦੀਆਂ ਖੇਪਾਂ ਨੂੰ ਲੈ ਕੇ ਆਇਆ ਜਾਂਦਾ ਹੈ ਜਿੱਥੇ ਕਿ ਇਹਨਾਂ ਨੂੰ ਅੱਗੇ ਸਿੰਥੈਟਿਕ ਹੈਰੁਨ ਦੇ ਵਿੱਚ ਕਨਵਰਟ ਕਰਕੇ ਮੁਨਾਫੇ ਨੂੰ ਕਈ-ਕਈ ਗੁਣਾ ਵਧਾ ਲਿਆ ਜਾਂਦਾ ਹੈ ਲੇਕਿਨ ਇਸ ਪੂਰੇ ਦੇ ਪੂਰੇ ਕਾਰੋਬਾਰ ਜਿਸ ਦੀਆਂ ਮਲਟੀਪਲ ਜਿਹੜੀਆਂ ਕਨਸਾਈਨਮੈਂਟਸ ਨੂੰ ਗੁਜਰਾਤ ਐਟਆਈਐਸ ਅਤੇ ਇੰਡੀਅਨ ਕੋਸਟ ਗਾਰਡ ਨੇ ਪਿਛਲੇ ਕਈ ਸਾਲਾਂ ਖਾਸ ਕਰਕੇ 2020 ਤੋਂ ਬਾਅਦ ਦੇ ਸਾਲਾਂ ਦੌਰਾਨ ਰਿਕਵਰ ਕੀਤਾ ਹੈ ਬਰਾਮਦ ਕੀਤਾ ਹੈ ਉਸ ਦੇ ਵਿੱਚ ਮੋਦਰਾਪੋਰਟ ਦਾ 3000 ਕਿਲੋ ਹੈਰੋਇਨ ਦਾ ਕੇਸ ਸ਼ਾਮਲ ਹੈ ਸਲਾਇਆ ਪੋਰਟ ਦਾ ਉਹ ਕੇਸ ਸ਼ਾਮਲ ਹੈ ਜਿਸ ਵਿੱਚ ਕੀ 100 200 200 500 ਕਿਲੋ ਹੈਰੋਇਨ ਜਿਹੜੀ ਸੀ ਉਹ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਪਹੁੰਚੀ ਕਈ ਹੋਰ ਅਜਿਹੇ ਮਾਮਲੇ ਹੈਗੇ ਨੇ ਕਈ ਹੋਰ ਅਜਿਹੀਆਂ ਰਿਕਵਰੀਜ਼ ਹੈਗੀਆਂ ਨੇ ਜੋ ਕਿ ਗੁਜਰਾਤ ਏਟੀਐਸ ਤੇ ਕੋਸਟ ਗਾਰਡ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਲੇਕਿਨ ਇਸੇ ਪੂਰੇ ਦੇ ਪੂਰੇ ਸਰਕਟ ਦੇ ਵਿੱਚ ਹੁਣ ਲਾਰੈਂਸ ਬਿਸ਼ਨੋਈ ਕਿੱਥੋਂ ਫਿੱਟ ਹੁੰਦਾ ਹੈ ਉੱਤਰ ਭਾਰਤ ਦੇ ਵਿੱਚ ਅੰਡਰਵਰਲਡ ਕ੍ਰਿਮੀਨਲ ਨੈਟਵਰਕ ਨੂੰ ਜੇਲ੍ਹਾਂ ਵਿੱਚੋਂ ਬੈਠ ਕੇ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ਜਿਸ ਦੇ ਬਾਰੇ ਨਸ਼ੇ ਦੀ ਤਸਕਰੀ ਦੇ ਸੰਦਰਭ ਵਿੱਚ ਆਪਾਂ ਜ਼ਿਆਦਾ ਗੱਲਾਂ ਬਾਤਾਂ ਨਹੀਂ ਸੁਣੀਆਂ ਮੇਰੀ ਇੱਕ ਵੀਤੀ ਰਿਪੋਰਟ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ 2015 ਦੇ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਜਦੋਂ ਲਾਰੈਂਸ ਬਿਸ਼ਨੋਈ ਨੂੰ ਫਾਜ਼ਿਲਕਾ ਤੋਂ ਗ੍ਰਿਫਤਾਰ ਦਰਸਾਇਆ ਜਾਂਦਾ ਹੈ ਉਸ ਕੇਸ ਦੇ ਵਿੱਚ 1 ਕਰੋੜ ਦੀ ਹੈਰੋਇਨ ਦੀ ਰਿਕਵਰੀ ਉਸ ਤੋਂ ਸ਼ੋਅ ਕੀਤੀ ਜਾਂਦੀ ਹੈ ਦਿਖਾਈ ਜਾਂਦੀ ਹੈ ਲੇਕਿਨ ਇਹ ਕੇਸ ਉਹਨਾਂ ਫੇਰ ਕੇਸ ਨਹੀਂ ਸੀ ਯਾਨੀ ਕਿ ਇਸ ਹੈਰੋਇਨ ਨੂਬੀ ਲਾਰਸ ਬਿਸ਼ਨੋਈ ਉੱਤੇ ੱੱਕੇ ਨਾਲ ਪਾਇਆ ਮੰਨਿਆ ਜਾਂਦਾ ਹੈ ਲੇਕਿਨ ਫਿਰ ਕੀ ਕਾਰਨ ਹੈ ਕਿ ਉਹ ਲਾਰਸ ਬਿਸ਼ਨੋਈ ਜਿਸ ਨੂੰ ਨਸ਼ੇ ਦੀ ਤਸਕਰੀ ਦੇ ਨਾਲ ਉਸਦੇ ਸਿੰਡੀਕੇਟ ਦੇ ਰੂਪ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਸੀ ਜੋੜ ਕੇ ਦੇਖਿਆ ਜਾਂਦਾ ਸ਼ਰਾਬ ਦੇ ਕਾਰੋਬਾਰ ਦੜੇ ਸੱਟੇ ਲੋਕਾਂ ਤੋਂ ਫਰੋਤੀਆਂ ਰੰਗਦਾਰੀਆਂ ਵਸੂਲਣ ਦੇ ਇਸ ਤਰੀਕੇ ਦੇ ਕੰਮਕਾਜ ਉਸਦੇ ਗੈਂਗ ਦੇ ਮੈਂਬਰ ਕਰਦੇ ਰਹੇ ਨੇ ਲੇਕਿਨ ਨਸ਼ੇ ਦੀ ਤਸਕਰੀ ਬਾਰੇ ਉਸਦੇ ਸੰਦਰਭ ਵਿੱਚ ਗੱਲਾਂ ਬਾਤਾਂ ਉੱਭਰੀਆਂ ਨਹੀਂ ਸਨ ਲੇਕਿਨ ਇਹ ਮਾਮਲਾ ਜਖਾਊ ਹਾਰਬਰ ਦਾ ਮਾਮਲਾ ਹੈ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਹੈ 14 ਸਤੰਬਰ 2022 ਦੇ ਜਖਾਊ ਹਾਰਬਰ ਤੋਂ 33 ਨੌਟਿਕਲ ਮੀਲ ਦੂਰ ਸਮੁੰਦਰ ਦੇ ਵਿੱਚ ਇੱਕ ਫਿਸ਼ਿੰਗ ਟ੍ਰਾਲਰ ਜਿਸ ਨੂੰ ਕੀ ਤਰਦਾ ਬੋਚਿਆ ਗਿਆ ਕੋਸਟ ਗਾਰਡ ਅਤੇ ਗੁਜਰਾਤ ਏਟੀਐਸ ਨੇ ਉਸ ਟ੍ਰਾਲਰ ਦੇ ਵਿੱਚ 39 ਕਿਲੋ ਹੈਰੋਇਨ ਜਿਸ ਦੀ ਕਮਾਂਤਰੀ ਮਾਰਕੀਟ ਦੇ ਵਿੱਚ ਕੀਮਤ ਸੀ 200 ਕਰੋੜ ਉਸ ਨੂੰ ਲੈ ਕੇ ਸਮਗਲ ਕਰਕੇ ਲੈ ਕੇ ਆਇਆ ਜਾ ਰਿਹਾ ਸੀ ਸੋ ਇਸ ਬਰਾਮਦਗੀ ਤੋਂ ਬਾਅਦ ਜਦੋਂ ਮਾਮਲੇ ਦੀ ਪੜਤਾਲ ਅੱਗੇ ਵਧੀ ਗੁਜਰਾਤ ਦੇ ਹੀ ਅਹਮਦਾਬਾਦ ਦੇ ਇੱਕ ਹੋਟਲ ਦੇ ਵਿੱਚੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਆਫਟਰ ਦ ਇਨਵੈਸਟੀਗੇਸ਼ਨ ਪ੍ਰੋਸੀਡਸ ਜਿਸ ਵਿੱਚ ਸਰਤਾਜ ਮਲਿਕ ਅਤੇ ਜੱਗੀ ਸਿੰਘ ਨਾਂ ਦੇ ਦੋ ਪੰਜਾਬ ਦੇ ਨਾਲ ਜੁੜੇ ਹੋਏ ਅਜਿਹੇ ਸਮੱਗਲਰ ਜਿਨ੍ਹਾਂ ਨੇ ਕਿ ਇਸ ਖੇਪ ਨੂੰ ਰਿਸਿਵ ਕਰਨਾ ਸੀ ਯਾਨੀ ਕਿ ਇਹਨਾਂ ਵੱਲੋਂ ਇਸ ਖੇਪ ਨੂੰ ਇੱਥੇ ਰਿਸਿਵ ਕਰਕੇ ਅੱਗੇ ਪੰਜਾਬ ਦੇ ਵਿੱਚ ਲੈ ਕੇ ਜਾਣਾ ਸੀ ਇਹ ਬਣਿਆ ਜਾਂਦਾ ਹੈ ਕਿ ਜੱਗੀ ਸਿੰਘ ਅਤੇ ਸਰਤਾਜ ਮਲਿਕ ਇਹ ਗੁਜਰਾਤ ਐਟਆਈਐਸ ਦੀ ਇਨਵੈਸਟੀਗੇਸ਼ਨ ਹੈ ਕਿ ਇਹ ਜਿਹੜੇ ਦੋਨੋਂ ਵਿਅਕਤੀ ਸੀ ਇਹਨਾਂ ਦੇ ਕੰਟੈਕਟ ਇਹਨਾਂ ਦੇ ਸੰਪਰਕ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠੇ ਕੁਝ ਅਜਿਹੇ ਨਾਈਜੀਰੀਅਨ ਮੁਲਕ ਦੇ ਨਿਵਾਸੀ ਜੋ ਕਿ ਐਸੈਂਸ਼ੀਅਲੀ ਸਮਗਲਰ ਸੀ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੈਠ ਕੇ ਪਹਿਲਾਂ ਹੀ ਉਹ ਐਨਡੀਪੀਐਸ ਦੇ ਮੁਕੱਦਮਿਆਂ ਦੇ ਵਿੱਚ ਉੱਥੇ ਬੰਦ ਸੀ ਉਹਨਾਂ ਦੇ ਨਾਲ ਸਨ ਜਿਨ੍ਹਾਂ ਨੇ ਫਾਈਨਲੀ ਇਸ ਨਸ਼ੇ ਦੀ ਖੇਪ ਨੂੰ ਅੱਗੇ ਪੰਜਾਬ ਦੇ ਵਿੱਚ ਇਸਤੇਮਾਲ ਕਰਨਾ ਸੀ ਖਪਾਣਾ ਸੀ ਯਕੀਨੀ ਕਿ ਇਸ ਤਰ੍ਹਾਂ ਪ੍ਰੋਫਿਟ ਕਮਾਣਾ ਸੀ ਹੁਣ ਇਹ ਤਾਂ ਹੋ ਗਿਆ ਹੈਰੋਇਨ ਦੀ ਸਮਗਲਿੰਗ ਦਾ ਉਹ ਰਿੰਗ ਲੇਕਿਨ ਲਾਰੈਂਸ ਬਿਸ਼ਨੋਈ ਇਸ ਰਿੰਗ ਦੇ ਸਰਗਨਾਦੇ ਰੂਪ ਵਿੱਚ ਕਿਵੇਂ ਤੇ ਕਿੱਥੋਂ ਇਮਰਜ ਕਰਦਾ ਹੈ ਇਹ ਆਪਣੇ ਆਪ ਵਿੱਚ ਬੜਾ ਵੱਡਾ ਸਵਾਲ ਵੀ ਹੈ ਕਿਉਂਕਿ ਇਨਵੈਸਟੀਗੇਸ਼ਨ ਇਸ ਵਕਤ ਜਾਰੀ ਹੈ ਗੁਜਰਾਤ ਏਟੀਐਸ ਦੇ ਮੁਤਾਬਕ ਲਾਰੈਂਸ ਬਿਸ਼ਨੋਈ ਹੀ ਫਾਈਨਲ ਰੈਸੀਪੀਐਂਟ ਸੀ ਹੁਣ ਜੇਲ੍ਹਾਂ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਹੜੇ ਕੁਝ ਨਾਈਜੀਰੀਅਨ ਅੰਡਰ ਟ੍ਰਾਇਲਸ ਹੈਗੇ ਨੇ ਇਨਮੇਟਸ ਹੈਗੇ ਨੇ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਪਲਾਈ ਦਾ ਕਾਰੋਬਾਰ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਮੇਰੀ ਇੱਕ ਪਿਛਲੀ ਰਿਪੋਰਟ ਜਿਸ ਵਿੱਚ ਆਪਾਂ ਦੀਪਕ ਤੀਨੂ ਜੋ ਕਿ ਲੋਰੈਂਸ ਬਿਸ਼ਨੋਈ ਦਾ ਗੁਰਗਾਹ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਨਾਮਜ਼ਦ ਹੈ ਜੇਲ੍ਹ ਦੇ ਵਿੱਚੋਂ ਸੀਆਈਏ ਮਾਨਸਾ ਦੀ ਕਸਟਡੀ ਵਿੱਚੋਂ ਫਰਾਰ ਹੋਣ ਦੇ ਵਿੱਚ ਜਦੋਂ ਦੀਪਕ ਤੀਨੂ ਕਾਮਯਾਬ ਹੁੰਦਾ ਹੈ ਉਸ ਵਕਤ ਮੈਂ ਰਿਪੋਰਟ ਬਣਾਈ ਸੀ ਜਿਸ ਵਿੱਚ ਆਪਾਂ ਦੱਸਿਆ ਸੀ ਕਿ ਲੁਧਿਆਣਾ ਜੇਲ੍ਹ ਦੇ ਵਿੱਚ ਦੀਪਕ ਤੀਨੂ ਨੇ ਨਸ਼ੇ ਦੀ ਸਪਲਾਈ ਦਾ ਪੂਰਾ ਦਾ ਪੂਰਾ ਠੇਕਾ ਇੱਕ ਤਰੀਕੇ ਦਾ ਕਾਰੋਬਾਰ ਉਸ ਨੂੰ ਕਿਵੇਂ ਸ਼ੁਰੂ ਕਰ ਰੱਖਿਆ ਸੀ ਇਹ ਕਾਰਨ ਸੀ ਕਿ ਦੀਪਕ ਤੀਨੂ ਜੇਲ੍ਹ ਦੇ ਵਿੱਚ ਲੁਧਿਆਣਾ ਜੇਲ੍ਹ ਦੇ ਵਿੱਚ ਬੈਠਾ ਹੀ ਕਰੋੜਾਂ ਰੁਪਏ ਕਮਾ ਰਿਆ ਸੀ ਬਾਦੇ ਵਿੱਚ ਗੁਰਦੀਪ ਰਾਣੂ ਦੇ ਸੰਦਰਭ ਵਿੱਚ ਬਣੀਆਂ ਰਿਪੋਰਟਾਂ ਦੇ ਵਿੱਚ ਇਸ ਡਰੱਗ ਸਪਲਾਈ ਚੇਨ ਦੀ ਪੂਰੀ ਦੀ ਪੂਰੀ ਕੜੀ ਦੀ ਤਸਦੀਕ ਵੀ ਹੋਈ ਦੀਪਕ ਤਿੰਨੂ ਲੁਧਿਆਣਾ ਜੇਲ੍ਹ ਦੇ ਵਿੱਚ ਬੈਠ ਕੇ ਕਾਰੋਬਾਰ ਕਰਦਾ ਪਿਆ ਸੀ ਕੁਝ ਲੁਧਿਆਣਾ ਜੇਲ੍ਹ ਦੇ ਅੰਦਰ ਬੈਠੇ ਤੇ ਗੁਰਦੀਪ ਰਾਣੂ ਵਰਗੇ ਸਪਲਾਈਅਰ ਇਸ ਤਰੀਕੇ ਦੇ ਨਾਲ ਲੁਧਿਆਣਾ ਜੇਲ੍ਹ ਤੋਂ ਨਸ਼ੇ ਦੀ ਤਸਕਰੀ ਜਾਂ ਨਸ਼ੇ ਦੀ ਸਪਲਾਈ ਜੋ ਕਿ ਜੇਲ੍ਹ ਦੇ ਵਿੱਚ ਹੁੰਦੀ ਹੈ ਕਿੱਡਾ ਇੱਕ ਮੁਨਾਫੇ ਦਾ ਇੱਕ ਧੰਦਾ ਸੀ ਗੁਰਖਤੰਤਾਰਾਦਰ ਸੀ ਇਸ ਬਾਰੇ ਸਾਰੀਆਂ ਗੱਲਾਂ ਮਾਤਾ ਦੀ ਤਸਦੀਕ ਹੋਈ ਇਹ ਚੀਜ਼ਾਂ ਕਈ ਮੌਕਿਆਂ ਦੇ ਉੱਤੇ ਹੋਰ ਸਥਾਪਿਤ ਹੋਈਆਂ ਕਿ ਲਾਰੈਂਸ ਬਿਸ਼ਨੋਈ ਦੇ ਕਈ ਹੋਰ ਗੈਂਗਸਟਰ ਜਿਦੇ ਵਿੱਚ ਦੀਪਕ ਟੀਨੂ ਸੰਪਤ ਨਹਿਰਾ ਤੇ ਇੱਕ ਹੋਰ ਗੈਂਗਸਟਰ ਪੋਲਾ ਸ਼ੂਟਰ ਜਿਸ ਨੇ ਕਿ ਲਵੀ ਦੇਵੜਾ ਦਾ ਕਤਲ ਕੀਤਾ ਸੀ ਸੋ ਪੋਲਾ ਸ਼ੂਟਰ ਜਿਸ ਦੀ ਕਿ ਫਿਰੋਜ਼ਪੁਰ ਦੇ ਵਿੱਚ ਪਿਛਲੇ ਸਾਲ ਹੀ ਮੌਤ ਹੋਈ ਹੈ ਡਰੱਗ ਓਵਰਡੋਸ ਦੇ ਚਲਦਿਆਂ ਇਹ ਕੁਝ ਅਜਿਹੇ ਨਾਂ ਸੀ ਜੋ ਕਿ ਲਾਰੈਂਸ ਦੀ ਲੀਗ ਦੇ ਵਿੱਚ ਨਸ਼ੇ ਤੇ ਤਸਕਰਾਂ ਦੇ ਰੂਪ ਵਿੱਚ ਰਹੇ ਨੇ ਤੇ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਪਲਾਈ ਦਾ ਨੈੱਟਵਰਕ ਜਿਹੜਾ ਹੈ ਉਹ ਇਹ ਲੋਕ ਚਲਾਉਂਦੇ ਰਹੇ ਨੇ ਲੇਕਿਨ ਲਾਰੈਂਸ ਬਿਸ਼ਨੋਈ ਜੋ ਕਿ ਹਾਲ ਹੀ ਦੇ ਕੁਝ ਟੁਕਰੀਆਂ ਟੀਵੀ ਦੀ ਇੰਟਰਵਿਊਜ਼ ਦੇ ਵਿੱਚ ਦੇਸ਼ ਭਗਤ ਦੀ ਆਪਣੀ ਛਵੀ ਨੂੰ ਪੋਰਟਰੇ ਕਰਦਾ ਨਜ਼ਰ ਆਇਆ ਹੈ ਜਿਸ ਨੂੰ ਐਨਆਈ ਆਪਣੀ ਚਾਰ ਸੀਟਾਂ ਦੇ ਵਿੱਚ ਇੱਕ ਅਤਵਾਦੀ ਐਲਾਨਦੀ ਹੈ ਉਸ ਨੂੰ ਦੇਸ਼ ਵਿਰੋਧੀ ਅੰਸਰ ਐਲਾਨਦੀ ਹੈ ਹੁਣ ਉਸ ਦੇ ਸੰਪਰਕ ਤੇ ਧਾਰ ਗੁਜਰਾਤ ਏਟੀਐਸ ਨੇ ਇੰਟਰਨੈਸ਼ਨਲ ਲੈਵਲ ਦੀ ਡਰੱਗ ਸਮੱਗਲਿੰਗ ਦੇ ਇਸ ਕਾਰੋਬਾਰ ਇਸ ਗੋਰਖਣ ਦੇ ਨਾਲ ਜੋੜਤੇ ਹੈਗੇ ਨੇ ਇੱਥੇ ਇਹ ਦੱਸਣਾ ਵੀ ਆਊਟ ਆਫ ਕੰਟੈਕਸਟ ਨਹੀਂ ਹੋਏਗਾ ਕਿ ਯੂਏਪੀਏ ਯਾਨੀ ਕਿ ਅਨਲੋਫਲ ਐਕਟੀਵਿਟੀਆਂ ਪ੍ਰੀਵੈਂਸ਼ਨ ਐਕਟ 1967 ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਗੁਜਰਾਤ ਐਟੀਐਸ ਨੇ ਇਸ ਮਾਮਲੇ ਯਾਨੀ ਕਿ ਜਖਾਊ ਹਾਰਬਰ ਤੇ ਨੇੜੇਓ ਜਿਹੜੀ ਇਹ ਬਰਾਮਦਗੀ ਫਿਸ਼ਿੰਗ ਟ੍ਰਾਲਰ ਤੋਂ 40 ਕਿਲੋ ਹੈਰੋਇਨ ਦੀ ਹੋਈ ਹੈ ਉਸ ਮਾਮਲੇ ਦੇ ਵਿੱਚ ਵੀ ਲੋਰੈਂਸ ਬਿਸ਼ਨੋਈ ਨੂੰ ਨਾਮਜ਼ਦ ਕਰ ਲਿਆ ਹੈ ਜਿਸ ਤੋਂ ਬਾਅਦ ਲੋਰੈਂਸ ਬਿਸ਼ਨੋਈ ਹੁਣ ਕਾਫੀ ਲੰਮਾ ਸਮਾਂ ਵੀ ਗੁਜਰਾਤ ਦੀ ਐਟੀਐਸ ਦੀ ਕਸਟਡੀ ਵਿੱਚ ਰਹਿ ਸਕਦਾ ਹੈ ਯਕਈਏ ਕਿ ਬਾਅਦ ਦੇ ਵਿੱਚ ਯੂਏਪੀ ਦੇ ਜਿਹੜੇ ਬੁਲਜ਼ਮ ਹੁੰਦੇ ਨੇ ਜਿਹੜੇ ਅੰਡਰ ਟ੍ਰਾਇਲ ਹੁੰਦੇ ਨੇ ਉਹਨਾਂ ਨੂੰ ਸੰਬੰਧਿਤ ਇਲਾਕਿਆਂ ਦੀਆਂ ਹੀ ਜੇਲਾਂ ਦੇ ਵਿੱਚ ਰੱਖਿਆ ਜਾਂਦਾ ਹੈ ਸੋ ਕੀ ਪੰਜਾਬ ਦੀ ਪਟੰਡਾ ਜੇਲ੍ਹ ਤੋਂ ਨਿਕਲ ਕੇ ਜਾਣ ਵਾਲੇ ਲਾਰੈਂਸ ਬਿਸ਼ਨੋਈ ਆਉਣ ਵਾਲੇ ਕਈ ਹਫ਼ਤੇ ਜਾਂ ਕੁਝ ਮਹੀਨਾ ਤੱਕ ਗੁਜਰਾਤ ਦੇ ਵਿੱਚ ਰਹੇਗਾ ਫਿਲਹਾਲ ਸਿਰਫ 4 ਦਿਨ ਦਾ ਉਸ ਦਾ ਰਿਮਾਂਡ ਇੱਕ ਅੱਧੇ ਦਿਨ ਵਿੱਚ ਖਤਮ ਹੋ ਜਾਣਾ ਹੈ ਇਸ 4 ਦਿਨ ਦੇ ਰਿਮਾਂਡ ਤੋਂ ਬਾਅਦ ਕਿਉਂਕਿ ਗੁਜਰਾਤ ਏਟੀਐਸ ਨੇ ਸ਼ਾਇਦ ਉਸਤਾ 7 ਦਿਨ ਦਾ ਜਾਂ 15 ਦਿਨ ਦਾ ਰਿਮਾਂਡ ਮੰਗਿਆ ਸੀ ਲੇਕਿਨ ਉਹਨਾਂ ਨੂੰ ਸਿਰਫ 4 ਦਿਨ ਦਾ ਰਿਮਾਂਡ ਮਿਲਿਆ ਹੈ ਯੂਏਪੀ ਦੇ ਮੁਲਜ਼ਮਾ ਲਈ 30 ਦਿਨ ਤੱਕ ਦਾ ਰਿਮਾਂਡ ਇੱਕ ਸਟ੍ਰੈਚ ਤੇ ਲਿਆ ਜਾ ਸਕਦਾ ਹੈ ਸੋ ਕੀ ਲਾਰੈਂਸ ਬਿਸ਼ਨੋਈ ਦੀ ਰਿਮਾਂਡ ਹੋਰ ਵਧੇਗੀ ਇੱਥੇ ਸੋਚਣ ਦੇ ਖੋਖਣ ਦਾ ਵਿਸ਼ਾ ਇਹ ਵੀ ਹੈ ਕਿ ਲਾਰੈਂਸ ਬਿਸ਼ਨੋਈ ਜੋ ਕਿ ਬਹੁਤ ਹੀ ਸੈਂਸਿਟਿਵ ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਉਸ ਉੱਤੇ ਕਾਫੀ ਹੱਦ ਤੱਕ ਹੋਰ ਵੱਡੀਆਂ-ਵੱਡੀਆਂ ਵਾਰਦਾਤਾਂ ਦੀ ਪੂਰੀ ਦੀ ਪੂਰਾ ਧਾਰੋਬਧਾਰ ਹੈ ਉਸ ਨੂੰ ਇੰਟਰਸਟੇਟ ਲੈਵਲ ਦੇ ਉੱਤੇ ਇਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਤਬਾਦਲੇ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਕਿ ਰਿਮਾਂਡ ਯਾਤਰਾ ਉਸ ਦੀ ਕਈ ਮਹੀਨੇ ਤੱਕ ਚੱਲਦੀ ਰਹੀ ਲੇਕਿਨ ਹੁਣ ਹੋਰ ਰਾਜਾਂ ਦੀ ਪੁਲਿਸ ਵੀ ਉਸ ਨੂੰ ਇੱਕ ਤੋਂ ਦੂਸਰੀ ਜੇਲ੍ਹ ਦੇ ਵਿੱਚ ਲੈ ਕੇ ਰਿਮਾਂਡਾਂ ਉੱਤੇ ਘੁੰਮਦੀ ਆ ਰਹੀ ਹੈ ਨਿਆ ਪ੍ਰਣਾਲੀ ਦੇ ਹਿਸਾਬ ਨਾਲ ਕਿਸੇ ਇੱਕ ਮਾਮਲੇ ਦੀ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਇਹ ਚੀਜ਼ਾਂ ਲੋੜੀਂਦੀਆਂ ਨੇ ਜ਼ਰੂਰੀ ਨੇ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਲੱਗ ਰਿਹਾ ਹੋਵੇ ਜਾਂ ਸਾਨੂੰ ਲੱਗਦਾ ਹੋਵੇ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੇਸ ਹਫ਼ਤੇ ਨਾਲ ਜੁੜਿਆ ਹੋਇਆ ਮੁਕੱਦਮਾ ਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਲੇਕਿਨ ਜਾਂਚ ਆਧਿਆ ਇਨਵੈਸਟੀਗੇਸ਼ਨ ਏਜੰਸੀਆਂ ਐਦਾਂ ਨਹੀਂ ਸੋਚਦੀਆਂ ਉਹਨਾਂ ਲਈ ਪੋਸੀਬਲੀ ਗੁਜਰਾਤ ਦਾ ਕੇਸ ਵੀ ਓਡਾ ਹੀ ਇੰਪੋਰਟੈਂਟ ਹੈ ਇਸ ਚੀਜ਼ ਦੀ ਆਸ ਗੁਜਰਾਤ ਐਟੀਐਸ ਤੋਂ ਬਿਲਕੁਲ ਕੀਤੀ ਜਾਂਦੀ ਹੈ ਕਿ 5 ਮਹੀਨੇ ਪਹਿਲਾਂ ਦੀ 15 ਦਿਨ ਦੀ ਪੁਲਿਸ ਰਿਮਾਂਡ ਤੇ ਹੁਣ ਦੀ 4 ਦਿਨ ਯਾਨੀ ਕਿ 19-20 ਦਿਨ ਦੀ ਪੁੱਛਗਿੱਛ ਤੇ ਇਹਨਾਂ ਤਮਾਮ ਮਹੀਨਿਆਂ ਦੌਰਾਨ ਜਿਹੜੀ ਹੋਰ ਕੜੀਆਂ ਉਹਨਾਂ ਨੇ ਜੋੜੀਆਂ ਡਾਟਸ ਕਨੈਕਟ ਕੀਤੇ ਨੇ ਡਰੱਗਸ ਸਮਗਲਿੰਗ ਰੈਕਟ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਭੂਮਿਕਾ ਕਿੱਡੀ ਕ ਕਨਸੀਕੁਐਂਸ਼ੀਅਲ ਹੈ ਇਸ ਚੀਜ਼ ਨੂੰ ਜਾਣਨ ਲਈ ਆਪਾਂ ਬਿਲਕੁਲ ਉਤਸੁਕ ਰਹਾਂਗੇ ਤੇ ਆਉਣ ਵਾਲੀਆਂ ਰ ਜਿਹੜੀਆਂ ਵੀ ਅਪਡੇਟਸ ਹੋਣਗੀਆਂ ਉਸ ਬਾਰੇ ਸਮੇਂ ਸਹੀ ਸਮੇਂ ਤੇ ਮੌਕੇ ਦੇ ਉੱਤੇ ਤੁਹਾਨੂੰ ਅਪਡੇਟ ਜ਼ਰੂਰ ਕਰਾਂਗੇ ਅੱਜ ਦੀ ਰਿਪੋਰਟ ਇਸੇ ਕੰਟੈਕਸਟ ਦੇ ਵਿੱਚ ਮੈਂ ਕਰਨਾ ਚਾਹੁੰਦਾ ਸੀ ਕਿਉਂਕਿ ਥੋੜੀ ਜਿਹੀ ਹੈਰਾਨੀ ਉਸ ਵਕਤ ਮੈਨੂੰ ਹੋਈ ਸੀ ਜਦੋਂ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਜਾਰੀ ਕਾਰਵਾਈ ਤੋਂ ਠੀਕ ਇੱਕ ਦਿਨ ਪਹਿਲਾਂ ਗੁਜਰਾਤ ਐਟਸ ਰਿਮਾਂਡ ਦੇ ਉੱਤੇ ਲੈ ਕੇ ਲੋਰੈਂਸ ਬਿਸ਼ਨੂ ਚਲੀ ਨੂੰ ਚਲੀ ਜਾਂਦੀ ਹੈ ਉਸ ਤੋਂ ਬਾਅਦ ਇਸ ਮਾਮਲੇ ਦੀ ਥੋੜੀ ਜਿਹੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ ਇਹ ਮੁੜੀਆਂ ਚੀਜ਼ਾਂ ਇਸ ਵਕਤ ਸਾਹਮਣੇ ਆ ਰਹੀਆਂ ਨੇ ਲੇਕਿਨ ਠੋਸ ਲੈਵਲ ਦੇ ਉੱਤੇ ਮੈਂ ਨਹੀਂ ਸਮਝ ਪਾਇਆ ਹਾਂ ਕਿ ਕਿਹੜੇ ਤਾਰ ਕਿੱਥੇ ਜੁੜਦੇ ਪਏ ਹੈਗੇ ਨੇ ਜਿਹਦੇ ਚਲਦੇ ਸਾਡੇ ਕੋਲ ਵੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਕੁਝ ਵਾਧੂ ਦੱਸਣ ਲਈ ਹੋਵੇ ਜਿਵੇਂ ਕਿ ਆਪਾਂ ਤਨਵੀਰ 베ਦੀ ਆ ਫਿਰ ਸਿਮਰਨਜੀਤ ਸੰਧੂ ਗੁਰਦੀਪ ਰਾਣੂ ਦੇ ਕੇਸ ਦੇ ਵਿੱਚ ਕਰ ਪਾਏ ਕ੍ਰਿਮੀਨਲ ਸਿੰਡੀਕੇਟ ਨੂੰ ਚਲਾਣ ਵਾਲੇ ਲੋਕ ਕਿਸੇ ਵੀ ਕਿਸਮ ਦੀ ਅਪਰਾਧਿਕ ਤੇ ਗੈਰ ਕਾਨੂੰਨੀ ਗਤੀਵਿਧੀ ਤੋਂ ਆਪਣੇ ਆਪ ਨੂੰ ਦੂਰ ਨਹੀਂ ਰੱਖ ਸਕਦੇ ਫਿਰ ਉਹ ਦੁਨੀਆ ਦੇ ਸਾਹਮਣੇ ਉਹ ਭਾਵੇਂ ਆਪਣੀ ਇਮੇਜ ਨੂੰ ਦੇਸ਼ ਭਗਤੀ ਸਾਬਤ ਕਰਨ ਦੀ ਕੋਸ਼ਿਸ਼ ਕਰਨ ਲੇਕਿਨ ਨਸ਼ੇ ਦਾ ਜਿਹਾ ਕਾਰੋਬਾਰ ਹੈ ਈਜ਼ੀ ਮਨੀ ਹੈ ਜਿਸ ਦੇ ਚੱਲਦੇ ਆ ਇਹ ਜਿਹੜੇ ਸਿੰਡੀਕੇਟ ਹੈਗੇ ਨੇ ਇਹ ਜਿਹੜੇ ਕ੍ਰਾਈਮਨਲ ਨੈਟਵਰਕ ਹੈਗੇ ਨੇ ਇਹ ਇਸ ਬਿਜ਼ਨਸ ਤੋਂ ਜ਼ਿਆਦਾ ਸਮੇਂ ਤੱਕ ਦੂਰ ਨਹੀਂ रह ਸਕਦੇ ਸੋ ਪਬਲਿਕਲੀ ਕੋਈ ਵੀ ਇਮੇਜ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੀ ਆ ਉਸ ਦੀ ਵਿਅਕਤੀਗਤ ਪੱਧਰ ਉਤੇ ਆਪਣੀ ਲੇਕਿਨ ਇਹ ਫੈਕਟ ਹੈ ਕਿ ਉਸ ਦੇ ਆਪਣੇ ਜਿਹੜੇ ਸਾਥੀ ਰਹੇ ਹੈਗੇ ਨੇ ਹੋਰ ਕ੍ਰਾਈਮਨਲ ਜਿਹੜੇ ਕਿ ਉਸ ਦੇ ਨਾਲ ਉਸ ਦੇ ਨਾਲ ਹਮੇਸ਼ਾ ਲਗ ਲਗ ਵਾਰਦਾਤਾਂ ਕੇਸਾਂ ਦੇ ਵਿੱਚ ਨਾਮਜ਼ਦ ਹੈਗੇ ਨੇ ਉਨਾ ਬਲੂ ਨਸ਼ੇ ਦੀ ਤਸਕਰੀ ਜਾਂ ਨਸ਼ੇ ਦੇ ਕਾਰੋਬਾਰ ਨੂੰ ਅੱਗੇ ਵਧਾਇਆ ਜਾ ਰਿਹਾ ਸੋ ਲੋਰੈਂਸ ਬਿਸ਼ਨੋਈ ਦੀ ਕੀ ਗੱਲਾਂ ਬਾਤਾਂ ਨਿਕਲਦੀਆਂ ਨੇ ਤਫਤੀਸ਼ ਦੇ ਵਿੱਚ ਇਹਨਾਂ ਨੂੰ ਭਵਿੱਖ ਦੀ ਕਿਸੇ ਰਿਪੋਰਟ ਦੇ ਵਿੱਚ ਹੋਰ ਨੇੜਤਾ ਤੋਂ ਐਗਜ਼ਾਮਿਨ ਕਰਨ ਦੀ ਕੋਸ਼ਿਸ਼ ਰਹੇਗੀ ਅੱਜ ਦੀ ਰਿਪੋਰਟ ਇੱਥੋਂ ਤੱਕ ਕਿਸੇ ਬਹੁਤ ਬਹੁਤ ਧੰਨਵਾਦ ਤੇ ਕੱਲ ਦੀ ਰਿਪੋਰਟ ਮੇਰੀ ਹੋਰ ਵੀ ਇੰਪੋਰਟੈਂਟ ਹੈ ਬਹੁਤ ਹੀ ਇੰਪੋਰਟੈਂਟ ਰਿਪੋਰਟ ਤੇ ਇੱਕ ਬਹੁਤ ਹੀ ਸਨਸਨੀਖੇਜ਼ ਖੁਲਾਸਾ ਹੋਏਗਾ ਇੱਕ ਅਜੇ ਹੀ ਕਾਨੂੰਨੀ ਵਰਦਾਤ ਜਿਸ ਦੇ ਉੱਤੇ ਅਜੇ ਤੱਕ ਪਰਦੇ ਪਾਏ ਗਏ ਹੈਗੇ ਨੇ ਸੋ ਕੱਲ ਦੀ ਰਿਪੋਰਟ ਦੇਖਣਾ ਨਾ ਭੁੱਲਿਓ ਰਿਤੇਸ਼ ਲਖਿਆ